ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਅੱਜ ਸੰਤ ਹਰਚੰਦ ਸਿੰਘ ਲੋਂਗੋਵਾਲ ਹੋਰਾਂ ਦੀ ਵਰਸੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਤਰੀਕੇ ਨਾਲ ਵਰਸੀ ਮਨਾਈ ਹੈ ਕੀ ਕਹਿਣਾ ਚਾਹੁੰਦੇ ਆ ਅੱਗੇ ਵੀ ਵੱਖ-ਵੱਖ ਤਰੀਕੇ ਨਾਲ ਮਨਾਉਂਦੇ ਆ ਕਦੇ ਉਹ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਕਦੇ ਉਹ ਇਕੱਠੀਆਂ ਹੋ ਜਾਂਦੀਆਂ ਉੱਥੇ ਹਰ ਕਦੇ ਹਾਲਤੇ ਆ ਕੇ ਆਪੋ ਆਪਣੀ ਸਿਆਸਤ ਦਾ ਗਾਹ ਪਾਉਣ ਜਾਂਦੇ ਆ ਸੰਤ ਲੰਗੋਵਾਲ ਨੂੰ ਕੌਣ ਉੱਥੇ ਯਾਦ ਕਰਦਾ ਅਸੀਂ ਉਹ ਵੀ ਮੌਕੇ ਵੇਖੇ ਜਦੋਂ ਬਾਕੀ ਸਭ ਪਾਰਟੀਆਂ ਗਈਆਂ ਸਜੀਤ ਸਿੰਘ ਬਰਨਾਲੇ ਦਾ ਅਕਾਲੀ ਦਲ ਗਿਆ ਭਾਜਪਾ ਆ ਗਈ सीपीएम ਦੇ ਹਰਕਿਸ਼ਨ ਸਿੰਘ ਸਰਜੀਤ ਤਾਰੇ ਦਿੱਲੀ ਤੋਂ ਆ ਗਏ ਕਾਂਗਰਸ ਦਾ ਗਵਰਨਰ ਤੇ ਮੁੱਖ ਮੰਤਰੀ ਆ ਗਏ ਪਰ ਬਾਦਲ ਟਟੋੜਾ ਤੇ ਸਿਮਰਜੀਤ ਮਾਨ ਇਹਨਾਂ ਦੇ ਗਰੁੱਪ ਉੱਥੇ ਨਹੀਂ ਸੰਗ ਗਏ ਜੀ ਫਿਰ ਅਸੀਂ ਉਹ ਵੀ ਦਿਨ ਵੇਖੇ ਜਦੋਂ ਸਟੇਜ ਤੇ ਇਹਨਾਂ ਦਾ ਕਬਜ਼ਾ ਸੀ ਤੇ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਸਾਰੀਆਂ ਬਾਹਰ ਕਰਤੀਆਂ ਅਸੀਂ ਉਹ ਵੀ ਦਿਨ ਵੇਖੇ ਜਦੋਂ ਦੋ ਸਟੇਜਾਂ ਲੱਗੀਆਂ ਇੱਕ ਸਰਜੀਤ ਸਿੰਘ ਬਰਨਾਲੇ ਹੋ ਰਹਾਂ ਦੀ ਇੱਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਅਮੋ ਸਾਹਮਣੇ ਇੱਕ ਮੌਕਾ ਇਹੋ ਜਿਹਾ ਆਇਆ ਜਦੋਂ ਸਾਂਝੀ ਸਟੇਜ ਸੀ ਸਰਕਾਰ ਕਾਲੀ ਭਾਜਪਦੀ ਸੀ ਦਿੱਲੀ ਤੋਂ ਸਨਮਾਨਿਤ ਕਰਨ ਵਾਸਤੇ ਤੇ ਬੋਲਣ ਵਾਸਤੇ ਸੱਦ ਲਿਆ ਸਾਬਕਾ ਡਾਕੂ ਬੀਬੀ ਜਿਹੜੀ ਪਾਰਲੀਮੈਂਟ ਮੈਂਬਰਸ਼ਿਪ ਫੂਲਾਂ ਦੇ ਉਹਨੂੰ ਉਹਦਾ ਤਕਰੀਰ ਕਰਨ ਤੋਂ ਪਹਿਲਾਂ ਸਨਮਾਨ ਕਰਨ ਲੱਗ ਅਕਾ ਗਾਇਸਤਰੀ ਅਕਾਲੀ ਦਲ ਬਰੋ ਸਨਮਾਨ ਕੀਤਾ ਜਾਉ। ਇਸਤਰੀ ਅਕਾਲੀ ਦਲ ਦੀਆਂ ਦੋ ਬੀਬੀਆਂ ਉੱਠ ਖਲੋਤੀਆਂ। ਉਹ ਆਖੇ ਸਰੋਪਾ ਮੈਂ ਪੋਣਾ ਇਹਦੇ ਗੱਲ 'ਚ ਉਹ ਆਖੇ ਮੈਂ ਪੋਣਾ। ਉਹਦੇ ਗੱਲ ਤੇ ਸਰੋਪਾ ਰੱਖਿਆ ਉਹ ਨੀਵੀਂ ਪਾ ਕੇ ਖਲੋਤੀ। ਜਿੱਦਾਂ ਕਾਰੀਗਰ ਲੱਕੜ ਛੀਰਦੇ ਵੱਡਾ ਆੜਾ ਫੜ ਕੇ ਇੱਕੋ ਦਰੋਖੇ ਤੇ ਕਦਰੋ ਫਟਦਾ। ਫੂਲਾ ਦੇਵੀ ਦੇ ਗਰਦਨ ਦੇ ਉੱਤੇ ਸਰੋਪਾ ਰੱਖਿਆ। ਕਦੇ ਇੱਕ ਬੀਬੀ ਆਪਣੇ ਆਲ ਖਿੱਚੇ ਕਦੇ ਦੂਜੀ ਖਿੱਚੇ ਜਿਹੜੀ ਫੂਲਾ ਦੇਵੀ ਦੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਰਾਜਸਥਾਨ ਤਿੰਨ ਸੂਬਿਆਂ ਚ ਦਹਿਸ਼ਤ ਹੁੰਦੀ ਸੀ ਉਹ ਇਹਨਾਂ ਦੇ ਖਲੋਤੀ ਸਾਹਮਣੇ ਬੇਚਾਰੀ ਕੰਬੀ ਜਾਵੇ ਵੀ ਇਹ ਕਿਉਂ ਗਿਆ ਕਿੱਥੇ ਆ ਕੇ ਫਸ ਗਈ ਕੋਣ ਪੁੱਛਦਾ ਤੇ ਸੰਤ ਲੰਗੋ ਵਾਲ ਨੂੰ ਸਦਾ ਨਹੀਂ ਹਾਲਾਤ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਚੇਤਾ ਨਹੀਂ ਉਹ ਇੱਕ ਗੁਰਦੁਆਰੇ ਚ ਸੰਤ ਸੀਗਾ 1978-79 ਚ ਅਕਾਲੀ ਦਲ ਦੇ ਅੰਦਰ 파ਟਕ ਪੈ ਗਿਆ। ਬਾਦਲ ਸਾਹਿਬ ਮੁੱਖ ਮੰਤਰੀ ਸੀ ਜਗਦੇਵ ਸਿੰਘ ਤਲਵੰਡੇ ਪ੍ਰਧਾਨ ਸੀ ਪਾਰਟੀ ਦਾ ਇਹਨੇ ਆਪਣੇ ਜਨਰਲ ਸੈਕਟਰੀ ਪ੍ਰੇਮ ਸਿੰਘ ਲਾਲਪੁਰਾ ਦੇ ਹੱਥ ਲਿਖਤੀ ਚਿੱਠੀ ਗਵਰਨਰ ਨੂੰ ਭੇਜੀ ਪੰਜਾਬ ਦੇ ਨੂੰ ਕਿ ਸਾਡਾ ਮੁੱਖ ਮੰਤਰੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਸਰਕਾਰ ਕਰਪਟ ਹੋ ਗਈ ਹੈ ਤੋੜ ਦਿੱਤੀ ਜਾਵੇ। ਪ੍ਰਧਾਨ ਆਪਣੀ ਸਰਕਾਰ ਦੇ ਖਿਲਾਫ ਲਿਖ ਰਿਹਾ। ਜੀ। ਬਾਦਲ ਸਾਹਿਬ ਨੇ ਇਹਦੇ ਬਰਾਬਰ ਤੇ ਨਵਾਂ ਪ੍ਰਧਾਨ ਤਿਆਰ ਕਰ ਲਿਆ। ਸੰਤ ਹਰਚੰਦ ਸਿੰਘ ਲੋਂਗਵਾਲ ਨੂੰ ਲਿਆ ਕੇ ਸਾਰੇ ਪੰਜਾਬ 'ਚ ਜਲਸੇ ਸ਼ੁਰੂ ਕਰਤੇ ਫਿਰ ਸਮਝੌਤਾ ਹੋ ਗਿਆ ਦੋਵੇਂ ਤਰ੍ਹਾਂ ਡੜ ਕੇ ਲੜੇ ਕਾਮਰੇਡਾਂ ਨਾਲ ਵੀ ਦੋਵਾਂ ਪਾਰਟੀਆਂ ਨਾਲ ਸਮਝੌਤਾ ਕਰ ਲਿਆ ਚੋਣ ਲੰਗੀ ਤੇ ਦੋਵੇਂ ਤਰ੍ਹਾਂ ਫੇਰ ਡੋਢੀ ਜਗਦੇਵ ਸਿੰਘ ਤਲਵੰਡੀ ਦਾ ਆਪਣਾ ਅਕਾਲੀ ਦਲ ਤੇ ਸੰਤ ਲੋਂਗਵਾਲ ਤੇ ਬਾਦਲ ਟੋੜੇ ਦਾ ਆਪਣਾ ਅਕਾਲੀ ਦਲ ਟੋੜਾ ਸਾਹਿਬ ਪਹਿਲਾਂ ਵਿਚ ਵਿਚਾਲੇ ਮੁੜ ਕੇ ਬਾਦਲ ਨਾਲ ਜੁੜ ਗਏ ਫਿਰ ਮੋਰਚਾ ਲੱਗਾ ਧਰਮ ਯੁੱਧ ਦਾ ਫਿਰ ਆਪਰੇਸ਼ਨ ਬਲੂ ਸਟਾਰ ਦੀਆਂ ਮੰਦ ਭਾਗੀਆਂ ਘਟਨਾਵਾਂ ਹੋ ਗਈਆਂ ਉਦੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤੇ ਸਿੱਖਾਂ ਦਾ ਕਤਲੇਆਮ ਹੋ ਗਿਆ ਆਪਰੇਸ਼ਨ ਬਲੂ ਸਟਾਰ ਵੇਲੇ ਫੜੇ ਸੰਤ ਹਰਿਚੰਦ ਸੰਗ ਲੋਗੋਵਾਲ ਤੇ ਉਹਦੇ ਨਾਲ ਦੇ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਛੱਡੇ ਗਏ 1985 ਦੇ ਸ਼ੁਰੂ 'ਚ ਸੰਤ ਲੋਗੋਵਾਲ ਦਿੱਲੀ ਤੇ ਹੋਰ ਥਾਵਾਂ ਦੇ ਜਿਹੜੇ ਕਤਲਿਆਂ ਪੀੜਤ ਪਰਿਵਾਰ ਸੀ ਉਹਨਾਂ ਦੀ ਵਿਧਵਾਵਾਂ ਨੂੰ ਮਿਲਣ ਗਏ ਬੱਚਿਆਂ ਨੂੰ ਮਿਲਣ ਗਏ ਆ ਕੇ ਰੋਏ। ਉਹਨਾਂ ਦਿਨਾਂ 'ਚ ਮੈਨੂੰ ਅੱਜ ਵੀ ਯਾਦ ਆਉਂਦਾ ਮੈਂ ਬਾਜ਼ਾਰ ਤੋਂ ਲੰਘਦਿਆਂ। ਸੰਤ ਲੋਂਗੋਵਾਲ ਦੇ ਸੈਕਟਰੀ ਹੁੰਦੇ ਸੀ ਮਨਜੀਤ ਸਿੰਘ ਤਰਨਤਾਰਨੀ। ਤੇ ਮੈਂ ਲੰਘਦਿਆਂ ਮਨਜੀਤ ਸਿੰਘ ਤਰਨਤਾਰਨੀ ਛੱਡ ਤੋਂ ਵੱਡੇ ਸੀਗੇ। ਉਹਨਾਂ ਦੇ ਪੁੱਤਰ ਨੂੰ ਛੇੜਿਆ ਮੈਂ ਕਿਹਾ ਕਿੱਥੇ ਤਰਾ ਬਾਪੂ? ਕਹਿੰਦਾ ਤੈ ਖੰਨਿਜ ਬੈਠੀ ਉਹਦੇ ਜੀ ਬੇਸਮੈਂਟ ਲੱਭ ਨਹੀਂ ਵਰਦੇ। ਮੈਂ ਸਿੱਧਾ ਹੀ ਉੱਥੇ ਉਤਰ ਗਿਆ। ਉਹ ਉਹ ਤੇਰਨ ਤਾਂ ਕਾਂਗਰਸ ਦੇ ਪ੍ਰਧਾਨ ਸਰੇਂਦਰ ਸਿੰਘ ਕਮਲ ਬੈਠੇ ਸੀ ਮਨਜੀਤਸੂਰੀ ਬੈਠੇ ਸੀ ਤੇ ਨਾਲ ਸੰਤ ਹਰਜਨ ਸਿੰਘ ਲੰਗੋਆ ਮੈਂ ਪਹਿਲਾਂ ਮੁਰਦ ਲੱਗਾ ਨਾ ਆਵਾਜ਼ ਮਾਰਦੀ ਮਨਜੀਤਸੂਰਾ ਨੇ ਅਸੀਂ ਬਹਿ ਗਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਾਹ ਪਾਣੀ ਪੀਂਦੇ ਹੁਣ ਆਪਰੇਸ਼ਨ ਬਲੂ ਸਟਾਰ ਤਾਜਾ ਤਾਜਾ ਜੋ ਆਇਆ ਸੀ ਘਟਨਾਵਾਂ ਦੀ ਗੱਲ ਚੱਲ ਗਈ ਮੈਂ ਇੱਕੋ ਸਵਾਲ ਪੁੱਛਿਆ ਸੰਤ ਲੰਗੋਆ ਨੂੰ ਮੈਂ ਕਿਹਾ ਸੰਤ ਜੀ ਇਹ ਜੋ ਕੁਝ ਹੋਇਆ ਇਹ ਟਲ ਨਹੀਂ ਸਕਦਾ ਜੀ ਮੈਨੂੰ ਕਹਿੰਦੇ ਟਲ ਤਾਂ ਸਕਦਾ ਸੀ ਜਿਹੜਾ ਟਲਣ ਦਾ ਯਤਨ ਕਰਦਾ ਉਹਨੂੰ ਆਪਣਾ ਸਿਰ ਦੇਣਾ ਪੈਣਾ ਸੀ ਅਸੀਂ ਸਾਰੇ ਚੁੱਪ ਵਟ ਗਏ ਵੀ ਇਹ ਬੜੀ ਵੱਡੀ ਗੱਲ ਕਹਿ ਗਿਆ ਮੈਂ ਆਖਿਆ ਫਿਰ ਹੁਣ ਕੀ ਹੋ ਕਹਿੰਦਾ ਜਿਹੜਾ ਸਿਰ ਉਹਦੋਂ ਨਹੀਂ ਦਿੱਤਾ ਗਿਆ ਹੁਣ ਦੇਣਾ ਪੈਣਾ ਮੈਨੂੰ ਨਹੀਂ ਸਮਝਾਈ ਕਿ ਕੀ ਗੱਲ ਹੈ ਉਹਦੇ ਤੋਂ 2 ਘੰਟੇ ਬਾਅਦ ਅਚਾਨਕ ਖਬਰ ਆਈ ਕਿ ਦਿੱਲੀ ਗਿਆ ਤੇ ਰਜੀਵ ਗਾਂਧੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਸਮਝੌਤਾ ਹੋ ਗਿਆ ਸਰਜੀਤ ਸਿੰਘ ਬਰਨਾਰਾ ਉਦੋਂ ਸਾਬਕਾ ਕੇਂਦਰੀ ਮੰਤਰੀ ਸੀ ਜਿਹੜੇ ਮੁੱਖ ਮੰਤਰੀ ਨਹੀਂ ਸੀ ਬਣਿਆ ਤੇ ਸਾਬਕਾ ਖਜ਼ਾਨਾ ਮੰਤਰੀ ਬਲਵੰਤ ਸਿੰਘ ਇਹ ਦੋਵੇਂ ਦੇ ਨਾਲ ਗਏ ਦੁਪਹਿਰੇ ਖਬਰ ਆਈ ਤੇ 2 ਘੰਟੇ ਬਾਅਦ ਚੰਡੀਗੜ੍ਹ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੋੜਾ ਦਾ ਬਿਆਨ ਆ ਗਿਆ ਕਿ ਸਮਝੌਤਾ ਨਹੀਂ ਪੰਜਾਬ ਦੇ ਲੋਕਾਂ ਨਾਲ ਤੇ ਸਿੱਖਾਂ ਨਾਲ ਗਦਾਰੀ ਗਦਾਰੀ ਵਾਲੀ ਗੱਲ ਚੱਲ ਪਈ ਉਹਦੇ ਤੋਂ ਥੋੜੇ ਦਿਨਾਂ ਬਾਅਦ ਸੰਤ ਲੋਂਗੋਵਾਲ ਨੂੰ ਮਾਰ ਦਿੱਤਾ ਗਿਆ ਮਾਰਿਆ ਉਹ ਦਿਨ ਗਿਆ ਜਿਸ ਦਿਨ ਉਹਦੇ ਨਾਲ ਸਮਝੌਤਾ ਕਰਨ ਵਾਲੇ ਦਾ ਜਨਮ ਦਿਨ ਸੀ ਰਜੀਵ ਗਾਂਧੀ ਦਾ ਜੀ ਦੋਵੇਂ ਗੱਲਾਂ ਇੱਕੋ ਜਿਹੀਆਂ ਉਹਦੇ ਤੋਂ ਬਾਅਦ ਉਹ ਸੰਤ ਲੋਂਗਵਰ ਦਾ ਨਾਮ ਵਰਤਿਆ ਗਿਆ ਕਦੇ ਆਖਿਆ ਗਿਆ ਸਮਝੌਤਾ ਲਾਗੂ ਕਰੋ ਕਦੇ ਆਖਿਆ ਗਿਆ ਕੂੜੇ ਦੇ ਢੇਰ ਚ ਸੁੱਟ ਦਿਓ ਇਹਦੇ ਲਈ ਸੀਰੀਅਸ ਕੌਣ ਸੀ ਸਮਝੌਤੇ 'ਚ ਆਖਿਆ ਗਿਆ ਸੀ ਕਿ 1986 ਦੀ 26 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊਗਾ ਦੋਵੇਂ ਰਾਜਾਂ ਦੀਆਂ ਵਿਧਾਨ ਸਭਾਵਾਂ ਦਾ ਸਬਾਗਨ ਸਦਲੇ ਐਮਰਜੈਂਸੀ ਕਿ ਉਸ ਦਿਨ ਆਪਾਂ ਦੋਵਾਂ ਨੇ ਮਤਾ ਪਾਸ ਕਰਨਾ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰ ਦਿੰਦਾ ਜੀ ਕਾਰਡ ਛਪਵਾਦ ਤੇ ਕਿ ਚੰਡੀਗੜ੍ਹ ਦੇ ਵਿੱਚ ਪਰੇਡ ਤੋਂ ਸਲਾਮੀ ਪੰਜਾਬ ਦੇ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਲੈਣਗੇ 5 ਜਨਵਰੀ ਰਾਤ ਨੂੰ ਹੋ ਗਿਆ ਕਿ ਨੇ ਸ਼ਾਮਲ ਕੀਤਾ ਜਾ ਰਿਹਾ ਬਰਨਾਲਾ ਜਾਵੇ ਪੰਜਾਬ ਚ ਜਾ ਕੇ ਛੰਡੇ ਦੀ ਸਲਾਮੀ ਲਿੰਦਾ ਰਵੇ ਚੰਡੀਗੜ੍ਹ ਨਹੀਂ ਮਿਲਿਆ ਉਦੋਂ ਬਾਅਦ ਪੰਜਾਬ ਦੇ ਪਾਣੀਆਂ ਦਾ ਸਮਝੌਤਾ ਵੀ ਨਵੇਂ ਸਿਰੇ ਤੋਂ ਉਹਦੇ ਵਿੱਚ ਇੱਕ ਮਦਦ ਪਾਈ ਗਈ ਸੀ ਸੰਤ ਲੰਗੋਵਾਲ ਤਰਜੀਬ ਗਾਂਧੀ ਅੱਜ ਉਹ ਮਦਦ ਕਿਸੇ ਨੂੰ ਯਾਦ ਹੀ ਨਹੀਂ ਜਿਹੜੀ ਮਾੜੀ ਮੋਟੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਹਦੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਤੋੜ ਦਿੱਤੀ ਜਿਹੇ ਚ ਲਿਖਿਆ ਸੀ ਕਿ ਜਿੰਨਾ ਪਾਣੀ ਹਣ ਵਗਦਾ ਐ ਤੋਂ ਪੰਜਾਬ ਦਾ ਕੋਟਾ ਨਹੀਂ ਘਟੂਗਾ ਜਦੋਂ ਉਹ ਮਦਦ ਹੀ ਤੋੜ ਦਿੱਤੀ ਤੇ ਹੁਣ ਤਾਂ ਕੇਂਦਰ ਸਰਕਾਰ ਚਾਵੇ ਤੇ ਉਹ ਤੋਂ ਘੱਟ ਵੀ ਸਾਨੂੰ ਦੇ ਸਕਦੀ ਹੈ ਇਹ ਸਾਰਿਆਂ ਨੇ ਸੰਤ ਲੰਗੋਵਾਲ ਦਾ ਨਾਂ ਲਿਆ ਸੰਤ ਅੱਜ ਵੀ ਉੱਥੇ ਚਲੇ ਗਿਆ ਜਾ ਚੁੱਕੇ ਆ ਉੱਥੇ ਸੰਤ ਲੰਗੋਵਾਲ ਨਹੀਂ ਹੋਣਾਂ ਦੀ ਸੋਚ ਨਹੀਂ ਹੋਣੀ ਉਹਦੇ ਨਾਂ ਤੇ ਸਾਰੇ ਨਿਆਪੋ ਆਪਣੇ ਰਾਜਨੀਤੀ ਦੇ ਚੌਕੇ ਛੱਕੇ ਮਾਰਨੇ ਹੋਰ ਤੇ ਕੁਝ ਨਹੀਂ ਹੋਣਾ ਬਿਲਕੁਲ ਪਰ ਸਭ ਇਹ ਇਤਿਹਾਸ ਦੀਆਂ ਡੂੰਘੀਆਂ ਗੱਲਾਂ ਜਿੱਤੇ ਤੁਸੀਂ ਝਾਤ ਮਾਰੀ ਐ ਅੱਗੇ ਵਧਦੇ ਆ ਗੱਲ ਕਰਦੇ ਆ ਚਾਰ ਸਾਬਕਾ ਮੰਤਰੀਆਂ ਦੀ ਜਿਨ੍ਹਾਂ ਦੇ ਖਿਲਾਫ ਕੇਸ ਚੱਲਣਾ ਜੀ ਵਿਜੀਲੈਂਸ ਜਾਂਚ ਕਰਦੀ ਪਈ ਐ ਪਰ ਹੁਣ ਕਹਿੰਦੇ ਐ ਕਿ ਕੈਬਨਿਟ ਦੀ ਮੀਟਿੰਗ ਵਿੱਚ ਫੈਸਲਾ ਹੋ ਗਿਆ ਕਿ ਕਾਰਵਾਈ ਹੋਰ ਅੱਗੇ ਵੱਲ ਵਧਾਈ ਜਾਵੇ ਕਿਹੜੇ ਕਿਹੜੇ ਚਿਹਰੇ ਆ ਜੀ ਜਦੋਂ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਸਾਰੇ ਨਾਗਰਿਕ ਇੱਕੋ ਜਿਹੇ ਬਰਾਬਰ ਦੇ ਆ ਫਿਰ ਸਾਬਕਾ ਐਮਪੀ ਸਾਬਕਾ ਮੰਤਰੀ ਸਾਬਕਾ ਮੁੱਖ ਮੰਤਰੀ ਇਹਨਾਂ ਦੇ ਖਿਲਾਫ ਮੁਕਦਮਾ ਚਲਾਉਣ ਲਈ ਸਰਕਾਰ ਦੀ ਗਵਰਨਰ ਦੀ ਮਨਜ਼ੂਰੀ ਦੀ ਲੋੜ ਕਿਉਂ ਪੈਂਦੀ ਹੈ ਜੀ ਇਹ ਚਾਰ ਸਾਬਕਾ ਮੰਤਰੀ ਨੇ ਨਾ ਅਗੇ 14 ਕੋਰ ਵੀ ਫਸੇ ਫਿਰਦੇ ਆ ਕਲਪ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਆ ਉਹਨਾਂ ਨੇ ਇਹ ਉਹਦੇ ਚ ਸਭ ਤੋਂ ਵੱਡੇ ਦੋਸ਼ੀਆਂ ਚ ਸਾਧੂ ਸਿੰਘ ਧਰਮਸ਼ੋਤਿਆ ਵਿਚਾਰਾ ਸਾਧੂ ਜੀਆ ਬੰਦਾ ਮੈਂ ਪਸਾਈ ਪਰਦੇ ਜਾਵਦੇ ਆ ਜਿਹੜਾ ਹਰ ਮਾਮਲੇ ਚ ਹਰ ਮਸਿਆ ਬਦਨਾਮੀ ਜੀ ਦੀ ਔਰ ਬਿਆਨ ਸਿੰਘ ਦੀ ਸਰਕਾਰ ਵੇਲੇ ਤੋਂ ਹੁੰਦੀ ਰਹੀ ਦੂਸਰਾ ਭਾਰਤ ਪੂਛਨ ਆਸ਼ੂਆ ਬੜੇ ਚਿਰ ਦੀ ਉਹਦੇ ਖਿਲਾਫ ਚਰਚਾ ਸੀ ਅੱਜ ਕੱਲ ਵੀ ਜੇਲ੍ਹ ਚ ਤੀਸਰਾ ਸੁੰਦਰ ਸ਼ਾਮ ਮਰੋੜਾ ਜਿਹਦੇ ਤੇ ਦੋਸ਼ ਹੈ ਕਿ ਕ腐ਪਸ਼ਨ ਦੇ ਕੇਸ ਤੋਂ ਬਚਣ ਲਈ ਵਿਜੀਲੈਂਸ ਦੇ ਅਫਸਰ ਨੂੰ 1 ਕਰੋੜ ਦੇ ਰਿਸ਼ਵਤ ਦੇਣ ਵਾਸਤੇ ਸਮਝੌਤਾ ਕਰਨ ਚਲਾ ਗਿਆ ਉਨੇ ਅਫਸਰ ਨੇ ਆਪਣੇ ਅਫਸਰਾਂ ਨੂੰ ਦੱਸਦਾ ਉਹਨੇ ਆਖਿਆ ਤੂੰ ਪੈਸੇ ਲੈ ਤੇ ਵੀਡੀਓ ਬਣਾਉ ਤੇ ਫੜੋ ਅਗਲੇ ਦਿਨ ਪੈਸੇ ਲੈ ਕੇ ਉਹਦੇ ਘਰ ਗਿਆ ਉਹਨੇ ਆਖਿਆ ਮੈਂ ਤੇ ਫਲਾਣੇ ਥਾਂ ਉਦੀ ਪਾਰਕਿੰਗ ਚ ਆ ਜਾ ਉੱਥੇ ਲੈਣ ਦੇਣ ਕਰ ਲੈ ਉੱਥੇ ਚਲਾ ਗਿਆ ਨੋਟ ਗੱਣਣ ਵਾਲੀ ਮਸ਼ੀਨ ਵੀ ਨਾਲ ਲੈ ਕੇ ਲੈ ਗਿਆ 50 ਲੱਖ ਰੁਪਏ ਦੇ ਕੇ ਕਹਿੰਦਾ ਬਾਕੀ 50 ਲੱਖ ਮੈਂ ਪਹਚਾ ਦੂੰ ਤੁਰ ਲੱਗਾ ਤੇ ਉਹਨੇ ਆਖਿਆ ਜਾਣ ਦੀ ਲੋੜ ਨਹੀਂ ਹੁਣ ਤੁਸੀਂ ਇੱਥੇ ਬਹਿ ਜਾ ਉਹ ਵੀ ਹੈ ਓਮ ਪ੍ਰਕਾਸ਼ ਸੋਨੀ ਹੈ ਜਿਹੜਾ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਚ ਡਿਪਟੀ ਮੁੱਖ ਮੰਤਰੀ ਸ ਜਦੋਂ ਉਹਦੀ ਚਲਦੀ ਸੀ ਅੰਮ੍ਰਿਤਸਰ ਦੇ ਵਿੱਚ ਅੰਗਰੇਜ਼ਾਂ ਦੇ ਵੇਲੇ ਦਾ ਸਰਕਟ ਹਾਊਸ ਅੰਗਰੇਜ਼ਾਂ ਨੇ ਸਾਰੇ ਵੱਡੇ ਜ਼ਿਲ੍ਹਿਆਂ ਚ ਸਰਕਟ ਹਾਊਸ ਛੋਟਿਆਂ ਚ ਰੈਸਟ ਹਾਊਸ ਬਣਾਏ ਸੀ ਉਹ ਸਰਕਟ ਹਾਊਸ ਦੀ ਜਿੱਦੇ ਗਵਰਨਰ ਤੇ ਕੇਂਦਰੀ ਮੰਤਰੀ ਤੇ ਪ੍ਰਧਾਨ ਮੰਤਰੀ ਆ ਕੇ ਠਹਿਰਦੇ ਸਨ ਉਹੀ ਪਾਸੇ ਲਾਤ ਤੱਕ ਕਹਿੰਦੇ ਸੀ ਰਿਸ਼ਤੇਦਾਰਾਂ ਦੇ ਪੱਲੇ ਪ੍ਰਾਈਮ ਲੈਂਡ ਪਾਤੀ ਆ ਜੀ ਇਹਨਾਂ ਸਾਰੇ ਦੇ ਖਿਲਾਫ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਆ ਪਰ ਪੰਜਾਬ ਸਰਕਾਰ ਦੀ ਮਨਜ਼ੂਰੀ ਕਾਫੀ ਨਹੀਂ ਇਦੇ ਉੱਤੇ ਅਸਲੀ ਦਸਖਤ ਕਰਨੇ ਹਜੇ ਪੰਜਾਬ ਦੇ ਗਵਰਨਰ ਨੇ ਜੇ ਤੇ ਕੇਂਦਰ ਵੱਲ ਆ ਨਿਆਖਿਆ ਕਿ ਕਾਂਗਰਸੀ ਆ ਟੰਗ ਦੇਣੇ ਫਿਰ ਗਵਰਨਰ ਸਾਹਿਬ ਦਸਖਤ ਕਰ ਦੇਣਗੇ ਤੇ ਜੇ ਉਹਨਾਂ ਨੇ ਆਖਿਆ ਕਿ ਇਹਨਾਂ ਚੋਂ ਚੋਂ ਫਲਾਣਾ ਸਾਡੇ ਚੋਂ ਨੂੰ ਤਿਆਰ ਆ ਭਾਜਪਾ ਚ ਤੇ ਉੱਤੇ ਮਸ਼ੀਨ ਦੇ ਸਰਹਾਣੇ ਬੈਠਾ ਵੀ ਮੈਨੂੰ ਜਦੋਂ ਮਰਜ਼ੀ ਦੁੱਧ ਤੋਤਾ ਕਰ ਲੋ ਫਿਰ ਉਹਦਾ ਨਾਂ ਕੱਟ ਦੇਣਗੇ ਬਾਕੀ ਆ ਦੇ ਦੇਣਗੇ ਫਾਈਲ ਹੁਣ ਗਵਰਨਰ ਸਾਹਿਬ ਕੋਲ ਚਲੀ ਗਈ ਆ ਉੱਥੇ ਜਾ ਕੇ ਇਸ ਫਾਈਲ ਦਾ ਕੀ ਅਸਰ ਹੁੰਦਾ ਪਤਾ ਨਹੀਂ ਮੈਂ ਫਿਰ ਕਹੂੰਗਾ ਜੇ ਦੇਸ਼ ਦੇ ਸਾਰੇ ਨਾਗਰਿਕ ਇਕ ਬਰਾਬਰ ਨੇ ਤੇ ਇਹਨਾਂ ਦੇ ਕੇਸਾਂ ਵਾਸਤੇ ਉਹ ਚੇਚੀ ਮਨਜ਼ੂਰੀ ਕੋ ਲੈਣੀ ਪੈਂਦੀ ਆ ਚੋਰੀ ਲੱਖ ਦੀ ਹੋਵੇ ਕੱਖ ਦੀ ਹੋਵੇ ਚੋਰੀ ਛੋਟੇ ਬੰਦੇ ਕੀਤੀ ਹੋਵੇ ਵੱਡੇ ਲੀਡਰ ਕੀਤੀ ਹੋਵੇ ਕਦਮੀਆਂ ਦੀ ਮਨਜ਼ੂਰੀ ਲੈਣ ਵਾਸਤੇ ਸਰਕਾਰਾਂ ਤੇ ਗਵਰਨਰਾਂ ਦੇ ਦਸਤਖਤ ਕਰਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ ਜਿੱਦਾਂ ਆਮ ਵਾਗ ਦੀ ਵਾਸਤੇ ਨਹੀਂ ਹੁੰਦੀ ਬਰਾਬਰ ਰੱਖੇ ਜਾਣੇ ਚਾਹੀਦੇ ਜੀ ਆਪਨ ਸਾਹਿਬ ਅੱਗੇ ਵਧਦੇ ਆ ਗੱਲ ਕਰਦੇ ਆ ਕਲਕੱਤਾ ਕੇਸ ਦੀ ਚੀਸ ਜਸਿਸ ਆਫ ਇੰਡੀਆ ਨੇ ਕੇਸ ਦੀ ਸੁਣਵਾਈ ਕੀਤੀ ਹੈ ਬੈਂਚ ਉਹਨਾਂ ਦਾ ਸੀਗਾ ਤੇ ਹੁਣ ਨੈਸ਼ਨਲ ਟਾਸਕ ਫੋਰਸ ਬਣਾ ਦਿੱਤੀ ਗਈ ਇਸ ਵਿੱਚ ਇਹਦੇ ਹੁਣ ਕੀ ਅਰਥ ਹੈ ਜੀ ਜਿਹੜੀਆਂ ਟਾਸਕ ਫੋਰਸਾਂ ਇਹ ਬਣਾਉਣਾ ਅਦਾਲਤ ਦਾ ਨਹੀਂ ਸਰਕਾਰ ਦਾ ਕੰਮ ਹੁੰਦਾ ਜੀ ਅਦਾਲਤ ਤੋਂਦੋ ਬਣਾਉਂਦੀ ਹੈ ਜਦੋਂ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਔਰ ਅਦਾਲਤ ਨੇ 100 ਨੈਸ਼ਨਲ ਟਾਸਕ ਫੋਰਸ ਬਣਾਈ ਉਹਦੇ ਚ ਨੌ ਪ੍ਰਮੁੱਖ ਅਦਾਰਿਆਂ ਦੇ ਡਾਕਟਰ ਪਾਏ ਆ ਜਿਨ੍ਹਾਂ ਚੋਂ ਸਭ ਤੋਂ ਪਹਿਲਾਂ ਜਿਹੜਾ ਉਹਦੇ ਨਾਮ ਨਾਲ ਐਡਮਿਰਲ ਸਰਜਨ ਲੱਗਦਾ ਐਡਮਿਰਲ ਦਾ ਮਤਲਬ ਕਿ ਸਮੁੰਦਰੀ ਫੌਜ ਦਾ ਸਿਖਰਲਾ ਜਿਹੜਾ ਡਾਕਟਰੀ ਦਾ ਇੰਚਾਰਜ ਆ ਉਹ ਪਾਇਆ ਗਿਆ ਉਹਦੇ ਨਾਲ ਦਿੱਲੀ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਮంగళੌਰ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਪ੍ਰਮੁੱਖ ਅਦਾਰਿਆਂ ਦੇ ਵੱਡਿਆਂ ਦੇ ਸ਼ਾਇਦ ਸਰ ਗੰਗਾ ਰਾਮ ਹਸਪਤਲ ਦਾ ਵੀ ਇਹਨਾਂ ਸਾਰਿਆਂ ਦੇ ਚੁਣ ਕੇ ਨੌ ਡਾਕਟਰ ਪਾਇਆ ਗਿਆ ਪੰਜ ਵੱਡੇ ਅਫਸਰ ਪਾਏ ਗਏ ਵੱਡੇ ਅਫਸਰਾਂ ਚ ਕੈਬਨਟ ਸੈਕਟਰੀ ਆ ਜਿੱਦਾਂ ਸੂਬੇ ਦੀ ਸਰਕਾਰ ਚ ਪਟਵਾਰੀ ਤੋਂ ਲੈ ਕੇ ਸਾਰੀ ਸਰਕਾਰੀ ਮਸ਼ੀਨਰੀ ਦਾ ਇੰਚਾਰਜ ચીਫ ਸੈਕਟਰੀ ਹੁੰਦਾ ਸੂਬੇ ਦੀ ਸਰਕਾਰ ਚ ਸਿਆਸੀ ਲੀਡਰ ਮੁੱਖ ਮੰਤਰੀ ਹੁੰਦਾ ਜੀ ਸਰਕਾਰੀ ਮਸ਼ੀਨਰੀ ਦਾ ਮੁਖੀ ચીਫ ਸੈਕਟਰੀ ਹੁੰਦਾ ਉਸੇ ਤਰ੍ਹਾਂ ਕੇਂਦਰ ਸਰਕਾਰ ਦੀ ਸਾਰੀ ਮਸ਼ੀਨਰੀ ਉਹ ਫੌਜਾ ਹੁਣ 에ਅਰ ਫੋਰਸ ਹੋਵੇ ਹਸਪਤਾਲ ਹੋਣ ਸੜਕਾਂ ਹੋਣ ਰੇਲਵੇ ਹੋਵੇ ਟੈਲੀਫੋਨ ਹੋਵੇ ਹਰ ਗੱਲ ਵਾਸਤੇ ਇੱਥੋਂ ਤੱਕ ਸਪੇਸ ਦੇ ਵਿੱਚ ਉੱਪਰ ਜਿਹੜੇ ਮੰਗਲ ਜਾਂ ਜਾਂਦੇ ਆ ਇਹਨਾਂ ਦਾ ਸਾਇੰਸ ਦਾ ਟੈਕਨੋਲੋਜੀ ਦਾ ਹਰ ਚੀਜ਼ ਦਾ ਸਾਰੇ ਮਹਿਕਮਿਆਂ ਦਾ ਜੇ ਕੋ ਮੁਖੀ ਆ ਤੇ ਉਹਨੂੰ ਕੈਬਨਟ ਸੈਕਟਰੀ ਕਹਿੰਦੇ ਉਹ ਵੀ ਇੱਥੇ ਪਾਇਆ ਗਿਆ। ਸਿਹਤ ਵਿਭਾਗ ਦਾ ਸੈਕਟਰੀ ਪਾਇਆ ਗਿਆ। ਇਦਾਂ ਕਰਕੇ ਇੱਕ ਟਾਸਕ ਫੋਰਸ ਬਣਾਈ ਗਈ। ਉਸ ਟਾਸਕ ਫੋਰਸ ਦੇ ਵਿੱਚ ਇਸ ਸਾਰੇ ਲੋਕਪਾਕ ਤੇ ਆਖਰਕ ਇਸ ਸफारਸ਼ਾਂ ਕਰੇਗੀ ਕਿ ਅੱਗੇ ਤੋਂ ਡਾਕਟਰਾਂ ਦੀ ਸੁਰੱਖਿਆ ਬਾਰੇ ਕੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਚੰਗੀ ਗੱਲ ਹੈ ਸੁਪਰੀਮ ਕੋਰਟ ਨੇ ਟਾਸਕ ਫੋਰਸ ਬਣਾਈ ਹੈ ਜਿਹੜੀ ਬਣਾਉਣ ਦਾ ਸਰਕਾਰ ਨੂੰ ਕਦੇ ਚੇਤਾ ਨਹੀਂ ਆਇਆ ਮੈਂ ਫਿਰ ਕਹਾਂ ਸਰਕਾਰ ਨੂੰ ਨਹੀਂ ਸਰਕਾਰਾਂ ਨੂੰ ਹਾਂ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਜਿੰਨੇ ਵਿੱਚ ਵਿਚਾਲੇ ਹੋਏ ਸਾਰਿਆਂ ਚੋਂ ਕਿਸੇ ਨੂੰ ਚੇਤਾ ਨਹੀਂ ਆਇਆ ਜਿਸ ਸੁਪਰੀਮ ਕੋਰਟ ਨੇ ਬਣਾਈ ਹੈ ਜੋ ਸੁਪਰੀਮ ਕੋਰਟ ਨੂੰ ਬਣਾਉਣੀ ਪਈ ਚੰਗਾ ਹੋਇਆ ਦੂਜੀ ਗੱਲ ਇਹ ਹੈ ਵੀ ਇਹ ਇਕੱਲੇ ਡਾਕਟਰਾਂ ਤੇ ਨਸਸਾ ਹਸਪਤਾਲ ਦੀ ਸੁਰੱਖਿਆ ਦਾ ਸਵਾਲ ਹੈ ਇਹ ਰੇਲਵੇ ਦੇ ਵਿੱਚ ਬੀਬੀਆਂ ਅੱਜਕੱਲ ਗਾਰਡ ਵੀ ਨਹੀਂ ਤੇ ਡਰਾਈਵਰ ਵੀ ਨਹੀਂ ਅੱਧੀ ਰਾਤ ਨੂੰ ਕਿਸੇ ਥਾਂ ਤੇ ਸਿਗਨਲ ਫੇਲ ਹੋ ਜਾਏ ਉਜਾੜ ਵਿੱਚ ਵੀ ਗੱਡੀ ਰੁਕਣੀ ਪੈ ਸਕਦੀ ਉਹਨਾਂ ਦੀ ਸੁਰੱਖਿਆ ਦਾ ਕੀ ਸਵਾਲ ਹੈ ਔਰਤਾਂ ਰਾਤ ਵੇਲੇ ਵੀ ਅਸੀਂ ਕਾਰ ਡਰਾਈਵਿੰਗ ਕਰਦੀਆਂ ਇੱਥੋਂ ਦਿੱਲੀ ਨੂੰ ਜਾਂਦਿਆਂ ਰਸਤੇ 'ਚ ਵੇਖਿਆ ਕਾਰ ਰੋਕ ਕੇ ਤੇ ਟੱਬਿਆਂ ਤੇ ਖਾਣਾ ਖਾਣ ਆਉਂਦੀਆਂ ਨੇ ਉਹਨਾਂ ਦੀ ਸੁਰੱਖਿਆ ਦਾ ਕੀ ਸਵਾਲ ਹੈ ਜੀ ਤੁਹਾਡੀਆਂ ਪੈਰਾਮਿਲਟਰੀ ਫੋਰਸਸ ਮਿਲਟਰੀ ਤੇ ਪੁਲਿਸ ਦੇ ਵਿੱਚ ਕਿੰਨੀਆਂ ਔਰਤਾਂ ਨੜ ਕਿੰਨੀ ਵਾਰੀ ਇਸ ਤਰ੍ਹਾਂ ਦੇ ਕਾਂਡ ਹੋਏ ਆ ਚੜੀ ਕਾਂਡ ਤਾਂ ਹਜੇ ਮੈਂ ਗਿਣਾ ਸਕਦਾ ਜਿੱਥੇ ਅਫਸਰਾਂ ਨੇ ਜਾਂ ਕਿਸੇ ਆਪਣੇ ਜੂਨੀਅਰ ਔਰਤ ਅਫਸਰ ਨੂੰ ਐਕਸਪਲੋਡ ਕਰਦਾ ਯਤਨ ਕੀਤਾ ਜਾਂ ਆਪਣੇ ਜੂਨੀਅਰ ਅਫਸਰ ਦੀ ਪਤਨੀ ਜਾਂ ਭੈਣ ਨੂੰ ਐਕਸਪਲੋਡ ਕੀਤਾ ਉਹਨਾਂ ਦੀ ਸੁਰੱਖਿਆ ਦਾ ਕੀ ਸਵਾਲ ਇਹਨਾਂ ਸਾਰੀ ਉਚਿਰ ਕੇਂਦਰ ਦਾ ਮਹਿਲਾ ਕਮਿਸ਼ਨ ਹੈ ਉਹ ਸਿਆਸੀ ਪੱਖ ਤੋਂ ਵੇਖਦਾ ਕਿ ਐਸ ਬਿਆਨ ਨਾਲ ਸਿਆਸੀ ਪਾਰਟੀ ਆਪਣੀ ਕੇਂਦਰ ਚ ਰਾਜ ਕਰਨ ਦੀ ਤਾਂ ਨਹੀਂ ਫਸਦੀ ਜੋ ਫਸਦੀ ਹੋਵੇ ਤਾਂ ਚੁੱਪ ਰਹੇ ਜੋ ਜੇ ਦੂਜੇ ਸੂਬੇ ਦੀ ਫਸਦੀ ਹੋਵੇ ਤੇ ਫਿਰ ਦਬ ਕੇ ਰੌਲਾ ਪਾ ਸਾਡੀਆਂ ਅਦਾਲਤਾਂ ਕੀ ਕਰਦੀਆਂ ਜੀ ਅੱਜ ਇੱਕ ਫੈਸਲੇ 'ਚ ਸੁਪਰੀਮ ਕੋਰਟ ਨੇ ਕੋਲਕਾਤਾ ਹਾਈ ਕੋਰਟ ਦੇ ਜੱਜ ਦਾ ਫੈਸਲਾ ਤੋੜਿਆ ਜਿੱਥੇ ਇੱਕ ਨਵਾਲਗ ਬੱਚੇ ਨੂੰ ਨਵਾਲਗ ਲੜਕੀ ਨਾਲ ਰੇਪ ਦੇ ਦੋਸ਼ਾਂ ਤੋਂ ਬਰੀ ਕੀਤਾ ਗਿਆ ਉਲਟਾ ਲੜਕੀ ਨੂੰ ਝਾੜ ਪਾਈ ਗਈ ਔਰ ਸੁਪਰੀਮ ਕੋਰਟ ਨੇ ਆਖਿਆ ਕਿ ਜ਼ਿਲ੍ਹੇ ਦੇ ਜੱਜ ਦਾ ਫੈਸਲਾ ਠੀਕ ਸੀ ਹਾਈ ਕੋਰਟ ਨੇ ਗਲਤ ਕੀਤਾ ਉਸ ਲੜਕੀ ਦੇ ਇਸ ਦਾ ਸਵਾਲ ਹੈ ਸਿਪਰੀਮ ਕੋਰਟ ਨੇ ਹਾਈ ਕੋਰਟ ਦੇ ਜੱਜ ਦੇ ਫੈਸਲੇ ਨੂੰ ਗਲਤ ਕਹਿ ਕੇ ਤੇ ਉਹ ਜ਼ਿਲ੍ਹੇ ਦੇ ਜੱਜ ਦਾ ਫੈਸਲਾ ਕਾਇਮ ਰੱਖਿਆ ਜਿਹੜੇ ਅਦਾਲਤਾਂ ਚ ਇਹੋ ਜਿਹੇ ਜੱਜ ਬੈਠੇ ਆ ਕਿ ਜਿਹੜੀ ਪੀੜਤ ਲੜਕੀ ਉਹਦੇ ਖਿਲਾਫ ਟਿੱਪਣੀਆਂ ਕਰਦੇ ਆ ਜੇ ਅਦਾਲਤਾਂ ਵਿੱਚੋਂ ਇਨਸਾਫ਼ ਮਿਲਣ ਦੀ ਥਾਂ ਇੱਥੇ ਵੀ ਇਹ ਹੋਣਾ ਹਿੰਦੀ ਦੇ ਇੱਕ ਕਵੀ ਨੇ ਲਿਖਿਆ ਸੀ ਯਹਾਂ ਵਿਕਸ਼ੋ ਕੇ ਸਾਇਏ ਮੇਂ ਧੂਪ ਲਗਤੀ ਹੈ ਜਿੱਥੇ ਰੁੱਖਾਂ ਦੀ ਸ਼ਾਮ ਵਿੱਚ ਵੀ ਧੁੱਪ ਲੱਗਦੀ ਆ। ਠੀਕ। ਅਦਾਲਤਾਂ ਤੇ ਇਨਸਾਫ ਦੇ ਤਾਂ ਜੱਜ ਵੀ ਇਦਾਂ ਦੀਆਂ ਗੰਦੀਆਂ ਟਿੱਪਣੀਆਂ ਕਰਨ ਲੱਗ ਪਏ ਨੇ। ਉੱਥੇ ਇੱਕ ਟਾਸਕ ਫੋਰਸ ਨਹੀਂ ਪਤਾ ਨਹੀਂ ਕਿੰਨਿਆ ਪੱਖਾਂ ਤੋਂ ਟਾਸਕ ਫੋਰਸਾਂ ਬਣਾਉਣੀਆਂ ਪੈਣਗੀਆਂ। ਸੁਪਰੀਮ ਕੋਰਟ ਨੂੰ ਇੰਨਾ ਸਾਰੇ ਮਾਮਲਿਆਂ ਤੇ ਸੋਚਣਾ ਪਏਗਾ ਤੇ ਪਾਰਲੀਮੈਂਟ ਨੂੰ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਸੋਚਣਾ ਪਵੇਗਾ ਕਿ ਜੇ ਅਸੀਂ ਕਾਸੇ ਜੋਗੇ ਹੁੰਦੇ ਜੇ ਸਾਡੀ ਪਾਰਲੀਮੈਂਟ ਇਹ ਕੰਮ ਕਰ ਲੈਂਦੀ ਜੇ ਪਾਰਲੀਮੈਂਟ ਚੋਂ ਚੁਣੀ ਗਈ ਸਰਕਾਰ ਇਹ ਕੁਝ ਕਰ ਲੈਂਦੀ ਤੇ ਇਹ ਲਗਾਮ ਇਹ ਨੱਥ ਸੁਪਰੀਮ ਕੋਰਟ ਨੂੰ ਨਹੀਂ ਸਿੱਖ ਜਣੀ ਪਣੀ ਜੀ ਉਹਨੇ ਉਦੋਂ ਕੀਤਾ ਜਦੋਂ ਸਿੱ ਨਹੀਂ ਕਰ ਸਕਿਆ ਜੀ ਪਰ ਸਭ ਅੱਗੇ ਵੱਧਦੇ ਆ ਗੱਲ ਕਰਦੇ ਆ ਸਰਕਾਰ ਦੀ ਸਰਕਾਰ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਫੈਸਲੇ ਕੀਤੇ ਆ ਜੀ ਅਮਰਤਕਾਲ ਦਾ ਬਜਟ ਪੇਸ਼ ਕਰ ਦਿੱਤਾ ਅਸੀਂ ਸਪੇਸ ਵੱਲ ਜਾਵਾਂਗੇ ਪਰ ਖਬਰਾਂ ਚ ਜੋ ਜ਼ਮੀਨੀ ਪੱਦਰ ਦੀਆਂ ਆਉਂਦੀਆਂ ਨੇ ਤੇ ਸਕੂਲਾਂ ਵਿੱਚ ਪਾਣੀ ਪੀਣ ਵਾਲਾ ਉਹਦੀ ਘਾਟ ਨਜ਼ਰ ਆ ਰਹੀ ਹੈ 50% ਇਸ ਤਰ੍ਹਾਂ ਦੇ ਸਕੂਲ ਹੈ ਜਿੱਥੇ ਸ਼ੁੱਧ ਪਾਣੀ ਨਹੀਂ ਮਿਲਦਾ ਪਿਆ ਇਹ ਖਬਰ ਕੀ ਕਹਿੰਦੀ ਹੈ ਮੈਂ ਅੱਜ ਇਹੋ ਦੇਖਦਾ ਹਟਿਆ ਨਵਜੀਤ ਜੀ ਇਹ ਸਰਕਾਰੀ ਸਕੂਲਾਂ ਬਾਰੇ ਰਿਪੋਰਟ ਹੈ ਪ੍ਰਾਈਵੇਟਾਂ ਨੇ ਕਈਆਂ ਨੇ ਪ੍ਰਬੰਧ ਕੀਤਾ ਕਈਆਂ ਦਾ ਉਹਨਾਂ ਦਾ ਵੀ ਨਹੀਂ ਹੋਣਾ ਠੀਕ ਮੈਨੂੰ ਪਤਾ ਨਹੀਂ ਸਾਰੇ ਭਾਰਤ ਵਿੱਚ ਵੱਖ-ਵੱਖ ਸੂਬਿਆਂ 'ਚ ਸਰਕਾਰੀ ਸਕੂਲਾਂ 'ਚ ਟੁੱਟੀ ਨਾਲ ਪਾਣੀ ਸਪਲਾਈ ਹੂੰ ਯਾਨੀ ਇੱਕ ਤੇ ਹੁੰਦਾ ਨਾ ਇੱਕ ਘੜੇ ਲਿਆਓ ਤੇ ਲਿਆ ਕੇ ਰੱਖ ਦਿਓ ਜੀ ਇਦਾਂ ਦਾ ਨਹੀਂ ਬਕਾਇਦਾ ਟੂਟੀ ਲਾ ਕੇ ਪਾਣੀ ਸਪਲਾਈ ਕਰਨਾ ਟੈਪ ਵਾਟਰ ਸਪਲਾਈ ਜਿਹੜੀ ਆ ਉਹਦੇ ਪੱਖ ਤੋਂ ਸਭ ਤੋਂ ਉੱਪਰ ਜਿਹੜਾ ਤਮਲ ਲਾਡੂ ਆ ਜਿੱਥੇ 99.39 ਮੈਂ 0.39 ਮੈਨੂੰ ਪਤਾ ਕੀ ਆਖੀ ਦਾ ਪਰ ਮੈਂ ਜਾਣ ਕੇ 39 ਕਰਨ ਲੱਗਾ ਤਾਂ ਕਿ ਸਾਡੇ ਸਧਾਰਨ ਦਰਸ਼ਕਾਂ ਨੂੰ ਵੀ ਸਮਝ ਲੱਗ ਜੇ ਤਾਮਿਲਨਾਡੂ ਚ 72.39 ਆ ਯਾਨੀ ਅੱਧਾ ਕੁ ਪਰਸੈਂਟ ਹੀ ਰਹਿ ਗਿਆ 100% ਦੀ ਤੋਂ ਉਹ ਸਭ ਤੋਂ ਥੇ ਸੇ ਕਰਤੇ ਦੂਜੇ ਨੰਬਰ ਤੇ ਹਿਮਾਚਲ ਪ੍ਰਦੇਸ਼ ਪਹਾੜੀ ਰਾਜ ਆ ਉੱਥੇ 98.5 ਆ ਕਰਨਾਟਕਾ ਚ 99 ਪਰਸੈਂਟ ਆ ਹਰਿਆਣੇ ਦੇ ਵਿੱਚ 81.94 ਪਰਸੈਂਟ ਆ ਮਹਾਰਾਸ਼ਟਰ ਚ 67.88 ਪਰਸੈਂਟ ਆ ਅਸੀਂ ਪੰਜਾਬ ਵਾਲੇ 6ਵੇਂ ਥਾਂ ਤੇ ਸ਼ਰਮਨਾਕ ਗੱਲ ਆ ਕੈਨੀਆਂ ਸਰਕਾਰਾਂ ਆਈਆਂ ਦਾਅਵੇ ਕਰਗੀਆਂ ਹੁਣ ਬੜੀ ਵੀ ਕਰਦੀ ਆ ਪਰ ਅਸੀਂ 65.14 ਯਾਨੀ 65.14 ਦੇ ਉੱਤੇ ਖੜੇ ਏਨੇ ਪਰਸੈਂਟ ਤੇ ਜੀ ਅਸੀਂ ਛੇਵੇਂ ਥਾ ਸਾਡੇ ਮਗਰ ਉੱਤਰ ਪ੍ਰਦੇਸ਼ ਆ ਜਿੱਥੇ 48.5 ਹੈ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਵਿੱਚ 46.22% ਪੱਛਮੀ ਬੰਗਾਲ ਚ 42.28% ਆ ਰਾਜਸਥਾਨ ਚ 41.48% ਆ ਤੁਹਾਨੂੰ ਇਹ ਲਿਸਟ ਲੜਕੀ ਨਹੀਂ ਕੁਛ ਵਿੱਚ ਗਲਤ ਹੋਇਆ ਹੈ ਜੋ ਵੀ ਨਹੀਂ ਕੋਈ ਚੀਜ਼ ਰਹਿ ਗਈ ਕੀ ਰਹਿ ਗਿਆ ਬੰਦਾ ਆ ਪਹਿਲੀਆਂ 10 ਸਟੇਟਾਂ 10 ਸੂਬੇ ਲੰਘ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਸੂਬਾ ਗੁਜਰਾਤ ਇਹਨਾਂ ਦਸਾਂ ਵਿੱਚ ਵੀ ਨਹੀਂ ਆਉਂਦਾ ਸਾਰੇ ਦੇਸ਼ ਨੂੰ ਕਹਿੰਦੇ ਗੁਜਰਾਤ ਮਾਡਲ ਅਪਣਾਉਣਾ ਜੀ ਤੇ ਜੇ ਗੁਜਰਾਤ ਅਸੀਂ ਕਹਿੰਦੇ ਹਾਂ ਜੀ ਪੰਜਾਬ 6ਵੇਂ ਥਾਂ ਆਇਆ 65.14% ਦੀ ਸਕੂਲਾਂ ਚ ਸਰਕਾਰੀ ਸਕੂਲਾਂ ਚ ਪਾਣੀ ਸਪਲਾਈ ਹੈ ਰਾਜਸਥਾਨ ਦੇ ਵਿੱਚ 41.48% ਹੈ ਜਾਂ ਤਾਂ ਇਹ ਲਿਸਟ ਗਲਤ ਆ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗੁਜਰਾਤ ਮਾਡਲ ਗਲਤ ਆ ਜਿੱਥੇ ਅਜੇ ਤੱਕ ਸਰਕਾਰੀ ਸਕੂਲਾਂ 'ਚ ਪਾਣੀ ਦੀ ਸਪਲਾਈ ਪੂਰੀ ਨੀਤੀਓ ਪਹਿਲੇ ਦਸਾਂ ਵਿੱਚ ਵੀ ਨਹੀਂ ਲੱਭਦਾ 11ਵੇਂ 12ਵੇਂ ਇੱਥੇ ਕਿਉਂ ਨਹੀਂ ਐਂ ਮੈਨੂੰ ਨਹੀਂ ਪਤਾ ਲਿਸਟ ਮੈਨੂੰ ਪੂਰੀ ਮਿਲ ਨਹੀਂ ਸਕੀ ਇਹ ਗੱਲ ਦੱਸਦੀ ਆ ਕਿ ਗੱਲਬਾਤ ਹੀ ਮੈਂ ਵੱਡੀ ਕਰਤੋਤੀ ਵੱਡੀ ਜਠਾਣੀ ਗੱਲਾਂ ਬਾਤਾਂ ਵਿੱਚ ਪ੍ਰਧਾਨ ਮੰਤਰੀ ਉਹਨਾਂ ਦੀ ਪਾਰਟੀ ਉਹਨਾਂ ਦਾ ਸੂਬਾ ਗੁਜਰਾਤ ਸਭ ਤੋਂ ਵਿਕਸਿਤ ਰਾਜ ਆਖਿਆ ਜਾਂਦਾ ਬੁਲੇਟ ਟ੍ਰੇਨ ਉੱਥੇ ਲੈ ਚੱਲੇ ਆ ਰਹਿਣੇ ਕੋ ਘਰ ਨਹੀਂ ਸਾਰਾ ਜਹਾਂ ہمارا ਇਹ ਜਿਹੜੀ ਗੱਲ ਵਿਸ਼ਵਗੁਰੂ ਬਣ ਤੁਰਿਆ ਵਿਸ਼ਵਗੁਰੂ ਬਣਨ ਵਾਲੇ ਤੇ ਬਣਾਉਣ ਵਾਲੇ ਜਿਹੜਿਆ ਉਹਨਾਂ ਨੂੰ ਸੋਚਣੀ ਚਾਹੀਦੀ ਆ ਕਿ ਕਿੱਥੇ ਜਾ ਕੇ ਕੋਈ ਕਮੀ ਕਮਜ਼ੋਰੀ ਰਹਿੰਦੀ ਆ ਤੇ ਜੇ ਰਹਿੰਦੀ ਆ ਤੇ ਉਹਨੂੰ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਆ ਠੀਕ ਆ ਲੋਕਤੰਤਰ ਚ ਰਾਜਨੀਤੀ ਵੀ ਕਰਨੀ ਹੁੰਦੀ ਆ ਪਰ ਰਾਜਨੀਤੀ ਸਿਰਫ ਰਾਜਨੀਤੀ ਜਾਂ ਰਾਜਨੀਤੀ ਦੀ ਖਾਤਰ ਰਾਜਨੀਤੀ ਨੇ ਲੋਕਤੰਤਰ ਚ ਤੰਤਰਵਾਦ ਚ ਲੋਕ ਪਹਿਲਾਂ ਲੋਕਾਂ ਲਈ ਵੀ ਕੁਝ ਕਰਨਾ ਚਾਹੀਦਾ ਬਿਲਕੁਲ ਬਨੂ ਸਾਹਿਬ ਲੋਕਾਂ ਲਈ ਹੀ ਕਰਨ ਦੀ ਜ਼ਰੂਰਤ ਹੈ ਜਾਂਦਿਆਂ ਦੀ ਗੱਲ ਅਯੁੱਧਿਆ ਦੀ ਕਰਨੀ ਹੈ ਬਾਬਾ ਚਰਚਿਤ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਹੁਣ ਕਹਿੰਦੇ ਕਿ 14 ਪਿੰਡਾਂ ਦੀ ਜ਼ਮੀਨ ਡੀ ਨੋਟੀਫਾਈ ਕੀਤੀ ਹੈ ਬਨੂ ਸਾਹਿਬ ਇਹ ਡੀ ਨੋਟੀਫਾਈ ਕੀ ਹੁੰਦਾ ਜੀ ਦੇਖੋ ਇੱਕ ਉਹ ਦਾ ਕਿ ਕੋਈ ਜ਼ਮੀਨ ਨੋਟੀਫਾਈ ਕਰ ਦੇਣੀ ਕਿ ਇਹਦੇ ਉੱਤੇ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ ਕੋਈ ਉਸਾਰੀ ਕੋਈ ਘਰ ਨਹੀਂ ਬਣਾਇਆ ਜਾ ਸਕਦਾ ਕੋਈ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਜੇ ਕੀਤਾ ਗਿਆ ਤੇ ਜਦੋਂ ਮਰਜ਼ੀ ਤੋੜਿਆ ਜਾ ਸਕਦਾ ਇਸ ਵਿੱਚ ਹੀ ਖਰੀਦੀ ਨਹੀਂ ਜਾ ਸਕਦੀ ਜੇ ਕਿਸੇ ਨੇ ਲੈਣੀ ਆ ਤੇ ਆਪਣੇ ਰਿਸਕ ਤੇ ਲੈ ਲੇ ਨੋਟੀਫਾਈ ਦਾ ਨਾ ਕਿ ਜਾਓ ਉਹ ਨੋਟੀਫਿਕੇਸ਼ਨ ਤੋੜ ਤਾਂ ਜੋ ਮਰਜ਼ੀ ਕਰੋ ਜੀ ਸਾਡੇ ਲੁਧਿਆਣੇ ਲੱਗੇ ਬੱਦੂਵਾਲ ਮਲਟੀ ਸਟੇਸ਼ਨ ਦੇ ਏਰੀਆ ਚ ਜਿਹੜਾ ਨੋਟੀਫਾਈਡ ਏਰੀਆ ਸੀ ਉਹ ਮੈਰਿਜ ਪੈਲਸ ਵੀ ਬਣ ਕੇ ਚੱਲਦੇ ਪਏ ਸੀ ਬਾਅਦ ਚ ਤੋੜਨੇ ਪਏ ਸੀ ਇਦਾਂ ਕਈ ਹੁਰਥਾਂ ਵਾਤੇ ਆਯੁੱਧਿਆ ਦੇ ਲਾਗੇ ਮਿਲਟਰੀ ਏਰੀਆ ਸੀ ਜਿੱਥੇ ਵੱਖ-ਵੱਖ ਕਿਸਮ ਦੇ ਹਥਿਆਰ ਜਿਹੜੇ ਉਹਨਾਂ ਦੀ ਟੈਸਟਿੰਗ ਹੁੰਦੀ ਸੀ ਕਹਿੰਦੇ ਆ ਤੋਪਾਂ ਦੀ ਵੀ ਹੁੰਦੀ ਸੀ ਹੋ ਸਕਦਾ ਹੁੰਦੀ ਹੋਵੇ ਉੱਥੇ 19 20 ਹਜ਼ਾਰ ਏਕੜ ਜ਼ਮੀਨ ਜਿਹੜੀ ਆ ਉਹ ਛੋਟੇ ਛੋਟੇ ਪਿੰਡਾਂ ਦੀ ਉੱਥੇ ਲੋਕ ਆਪਣਾ ਪੱਕਾ ਘਰ ਨਹੀਂ ਬਣਾ ਸਕਦੇ ਝੁੱਗੀਆਂ ਬਣਾ ਕੇ ਰਹਿੰਦੇ ਸੀ ਹੁਣ ਅਜोध्या ਚ ਭਗਵਾਨ ਰਾਮ ਦਾ ਮੰਦਿਰ ਬਣ ਜਾਣ ਤੋਂ ਬਾਅਦ ਕਹਿੰਦੇ ਜੀ ਉਹਦੇ ਲਾਗੇ ਇੱਕ ਬਹੁਤ ਵਧੀਆ ਟਾਊਨਸ਼ਿਪ ਇਹੋ ਜਿਹਾ ਜਿਹੜਾ ਐਨਕਲੇਵ ਇਹੋ ਜਿਹੀ ਕਲੋਨੀ ਬਸਾਉਣੀ ਉਹਦੇ ਵਾਸਤੇ ਇਹਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਜਿਹੜੇ ਬਿਲਡਰ ਆ ਉਹ ਆ ਗਏ ਕਿਉਂਕਿ ਜ਼ਮੀਨਾਂ ਨੋਟੀਫਾਈਡ ਸੀ ਇਸ ਕਰਕੇ ਲੋਕੀ ਗੜੋ ਲਾਉਣੀਆਂ ਚਾਹੁੰਦੇ ਸੀ ਜਿੰਨੇ ਦੀ ਵੇਖਦੀ ਲੈ ਜੇ ਕੋਈ ਘਰ ਤਾਂ ਬਣਾ ਨਹੀਂ ਸਕਦੇ ਜੀ ਜਦੋਂ ਅਧ ਪਚਦੀਆਂ ਵੇਕੀਆਂ ਉਹਨੂੰ ਡੀ ਨੋਟੀਫਾਈ ਕਰਤਾ ਆਰਮੀ ਪਾਸੇ ਹੁੰਦੀ ਜਾਂਦੀ ਆ ਬਿਲਡਰ ਕਮਾਈ ਕਰਕੇ ਇਹ ਮੋਟਲੀਆਂ ਰਿਪੋਰਟਾਂ ਮੈਂ ਨਹੀਂ ਕਹਿੰਦਾ ਸੱਚ ਆ ਕਿ ਝੂਠ ਆ ਹੋ ਸਕਦਾ ਕੱਲ ਤੱਕ ਬਹੁਤ ਆ ਜਾਣ ਕਿਉਂਕਿ ਰੋਲਾ ਪੈਣਾ ਸ਼ੁਰੂ ਹੋ ਗਿਆ ਕਿ ਇਸ ਚੱਕਰ ਦੇ ਵਿੱਚ ਜਿਨ੍ਹਾਂ ਨੇ ਭਗਵਾਨ ਰਾਮ ਨੂੰ ਜ਼ਮੀਨ ਲੈ ਕੇ ਦੇਣ ਚ ਰਾਤ ਨੂੰ 30 ਲੱਖ ਦੀ ਵੇਚ ਲਈ ਤੇ ਸਵੇਰ ਨੂੰ 1.5 ਕਰੋੜ ਦੀ 2 ਕਰੋੜ 3 ਕਰੋੜ ਦੀ ਵੇਚ ਦਿੱਤੀ ਜਿਨ੍ਹਾਂ ਨੇ ਰਾਮ ਨਾਲ ਧੋਖਾ ਕਰ ਲਿਆ ਉਹ ਆਰਾਮ ਨਾਲ ਕਰਦੇ ਕਰਦੇ ਲੋਕਾਂ ਨਾਲ ਵੀ ਬੜੇ ਆਰਾਮ ਨਾਲ ਕਰ ਜਾਣਗੇ ਜੀ ਇਹ ਹੋ ਸਕਦਾ ਰਿਪੋਰਟ ਆ ਉੱਥੋਂ ਚੰਗੀਆਂ ਨਹੀਂ ਅੱਗੋਂ ਇੱਕੋ ਹੀ ਗੱਲ ਕਹਿ ਸਕਦੇ ਆ ਬਸ ਕੁਝ ਲੋਕ ਕਹਿੰਦੇ ਖੁਦਾ ਖੈਰ ਕਰੇ ਕਿਉਂਕਿ ਮਾਮਲਾ ਭਗਵਾਨ ਰਾਮ ਦੇ ਨਗਰੀ ਦਾ ਇਸ ਕਰਕੇ ਕਹਾਂਗੇ ਹੁਣ ਤਾਂ ਇਹਨਾਂ ਤੋਂ ਭਗਵਾਨ ਹੀ ਬਚਾਵੇ ਬਿਲਕੁਲ ਪਰ ਸਾਹਿਬ ਦੇ ਦੇ ਹਾਲਾਤ ਕਿਦਾਂ ਜਾਂਦੇ ਨੇ ਤੁਸੀਂ ਹਰ ਰੋਜ਼ ਦੀ ਤਰ੍ਹਾਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਚੁੱਕ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ